ਸ਼ਾਂਤੀ ਦੂਤ ਕਹੇ ਜਾਣ ਵਾਲੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਕ੍ਰਿਸ਼ਨ ਭਾਈਚਾਰੇ ਵੱਲੋਂ ਚਰਚਾਂ ਨੂੰ ਦੀਪਮਾਲਾ ਦੇ ਨਾਲ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ। ਚਰਚਾ ਦੇ ਵਿੱਚ ਲਗਾਤਾਰ ਕ੍ਰਿਸ਼ਨ ਭਾਈਚਾਰੇ ਵੱਲੋਂ ਧਾਰਮਿਕ ਪ੍ਰੋਗਰਾਮ ਕੀਤੇ ਜਾ ਰਹੇ ਹਨ ਅਤੇ ਪ੍ਰਭੂ ਯਿਸੂ ਮਸੀਹ ਦੀ ਭਜਨ ਬੰਦਗੀ ਕੀਤੀ ਜਾ ਰਹੀ ਹੈ। ਕ੍ਰਿਸਮਸ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਲਗਾਤਾਰ ਕ੍ਰਿਸ਼ਨ ਭਾਈਚਾਰੇ ਦੇ ਲੋਕ ਚਰਚਾਂ ਦੇ ਵਿੱਚ ਜੁੜ ਰਹੇ ਨੇ। ਅੰਮ੍ਰਿਤ ਸੰਧੂ ਮਿਨਿਸਟਰੀ ਨਵਾਂ ਸ਼ਹਿਰ ਵੱਲੋਂ ਕ੍ਰਿਸਮਸ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਭਾਰੀ ਤਾਦਾਦ ਵਿੱਚ ਸੰਗਤਾਂ ਨੇ ਹਾਜ਼ਰੀ ਲਗਾਈ। ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਵੀ ਵਿਸ਼ੇਸ਼ ਤੌਰ 'ਤੇ ਆਪਣੀ ਹਾਜ਼ਰੀ ਲਗਾਈ ਅਤੇ ਸਭ ਸੰਗਤ ਨੂੰ ਵਧਾਈ ਦਿੱਤੀ। ਅੰਮ੍ਰਿਤ ਸੰਧੂ ਨੇ ਸੰਗਤ ਨੂੰ ਅਪੀਲ ਕੀਤੀ, ਸਾਨੂੰ ਸਭ ਨੂੰ ਪ੍ਰਭੂ ਯਿਸੂ ਮਸੀਹ ਨੂੰ ਮੰਨਣਾ ਚਾਹੀਦਾ ਹੈ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੱਤੀ। ਸਾਨੂੰ ਔੜ ਇਸ ਬਹੁਤ ਹੀ ਪਵਿੱਤਰ ਗੁਰੂ ਦੇ ਘਰ 'ਚ ਆਉਣ ਦਾ ਮੌਕਾ ਮਿਲਿਆ। ਮੈਂ ਈਸਾ ਮਸੀਹ ਜੀ ਦੇ ਜਨਮ ਦਿਨ 'ਤੇ ਸਾਰੇ ਜਿਹੜੇ ਸਾਡੇ ਕ੍ਰਿਸਚਨ ਭਾਈਚਾਰੇ ਦੇ ਬਜ਼ੁਰਗ ਨੇ, ਮਾਤਾਵਾਂ ਨੇ, ਭੈਣਾਂ ਨੇ, ਭਰਾ ਨੇ, ਉਹਨਾਂ ਸਾਰਿਆਂ ਨੂੰ ਇਸ ਵੱਡੇ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ। ਸਾਰਿਆਂ ਨੂੰ ਜੈਮ ਸੀ ਦੀ, ਮੇਰਾ ਨਾਮ ਪਾਸਟਰ ਅੰਮ੍ਰਿਤ ਸੰਧੂ ਹੈ ਔਰ ਅੱਜ ਮੈਂ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਕ੍ਰਿਸਮਸ ਦੀਆਂ ਮੁਬਾਰਕਾਂ ਦਿੰਦਾ ਔਰ ਨਵੇਂ ਸਾਲ ਦੀਆਂ ਵੀ ਤੁਹਾਨੂੰ ਮੁਬਾਰਕਾਂ ਦਿੰਦਾ ਹੈ। ਗੋਡ ਬਲੈਸ ਯੂ, ਪਰਮੇਸ਼ਰ ਤੁਹਾਨੂੰ ਬਲੈਸ ਕਰੇ ਔਰ ਅੱਜ ਬਹੁਤ ਖੁਸ਼ੀਆਂ ਦਾ ਦਿਨ ਆ। 25 ਦਸੰਬਰ ਆਪਾਂ ਕ੍ਰਿਸਮਸ ਸੈਲੀਬ੍ਰੇਟ ਕਰ ਰਹੇ ਹਾਂ ਪਿੰਡ ਔੜ ਦੇ ਵਿੱਚ, ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ। ਔਰ ਮੈਂ ਇੱਕ ਅੱਜ ਤੁਹਾਨੂੰ ਵੀ ਇਸ ਕ੍ਰਿਸਮਸ ਦੇ ਉੱਤੇ ਇਸ ਸੰਦੇਸ਼ ਨੂੰ ਇੱਕ ਦੇਣਾ ਚਾਹੁੰਦਾ ਹੈ। ਬਾਈਬਲ ਦੇ ਵਿੱਚ ਲਿਖਿਆ, ਜਦੋਂ ਅਸੀਂ ਬਾਈਬਲ ਦੇ ਵਿੱਚ ਮੱਤੀ ਦੀ ਕਿਤਾਬ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ 23 ਆਇਤ ਵਿੱਚ, ਮੱਤੀ 1 ਅਧਿਆਇ ਉਹਦੀ 23 ਆਇਤ ਵਿੱਚ ਲਿਖਿਆ, ਦੇਖੋ ਇੱਕ ਕੁਆਰੀ ਗਰਭਵਤੀ ਹੋਗੀ ਔਰ ਇੱਕ ਪੁੱਤਰ ਕੋ ਜਨੇਗੀ, ਉਸਕਾ ਨਾਮ ਇਮੈਨੂਅਲ ਰੱਖਾ ਜਾਏਗਾ, ਜਿਸਕਾ ਅਰਥ ਹੈ ਪਰਮੇਸ਼ੁਰ ਹਮਾਰੇ ਸਾਥ। ਕਿਆ ਲਿਖਿਆ? ਇੱਕ ਕੁਆਰੀ ਗਰਭਵਤੀ ਹੋਏਗੀ, ਇੱਕ ਪੁੱਤਰ ਨੂੰ ਜਨੇਗੀ, ਉਹਦਾ ਨਾਮ ਇਮੈਨੂਅਲ ਰੱਖਿਆ ਜਾਏਗਾ, ਜਿਸਦਾ ਅਰਥ ਹੈ ਪਰਮੇਸ਼ੁਰ ਹਮਾਰੇ ਸਾਥ, ਮਤਲਬ ਪਰਮੇਸ਼ੁਰ ਸਾਡੇ ਨਾਲ ਆ।
इमैनुअल यीशु मसीह दा दुनिया ते आण दा मकसद अज लोग क्रिसमस केवल डेकोरेशन करना ही नहीं आ सैलीब्रेट करना ही नहीं आ सजना तजना ही नहीं आ सिर्फ यही क्रिसमस नहीं आ क्रिसमस दा एक सब तो वड्डा संदेश ओ ए आ कि बाइबल दे विच लिखे आ परमेश्वर साडे नाल आ। कई लोग सोचते हैं कि मेरे नाल कोई नहीं आ कोई मेरी सहायता करन वाला नहीं आ कोई मेरी मदद करन वाला नहीं आ सब लोगों ने मैनू धोखा देता सब लोगों ने मैनू लुट लिया सब लोगों ने मैनू छड्ड दिता कोई मेरी मदद करने वाला नहीं आ कोई मेरे नाल नहीं आ मैं इकल्लापन फील कर रहा अपनी जिंदगी दे विच। तो मैं तुहानू अज इह संदेश देना चाहुंदा इस क्रिसमस दे मौके उत्ते कि तां तुसीं इकल्ले नहीं हो। ये बाइबल दे विच लिखिया यीशु दा नाम इमैनुअल इमैनुअल मतलब परमेश्वर साडे नाल आ। इसलिए अगर तुसीं अज क्रिसमस दे दिन दे विच अपने दिल नूं खोलोगे तां परमेश्वर तुहाडे जीवन दे विच आएगा और तुसीं क्रिसमस दा आनंद मना पाओगे। क्रिसमस दा आनंद मनाना मतलब क्या आ यीशु साडे नाल आ परमेश्वर साढ़े नाल आ इसलिए उहदे विच असीं आनंद मनांदे आ उहदे विच असीं खुशी मनांदे आ। सुभाष शर्मा दी खास रिपोर्ट।